ਦਿੱਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਮਨ ਕੁਆਤਰਾ ਫਿਰ ਹਾਜ਼ਰ ਹਾਂ ਪੋਲੀਵਰ ਪੰਚ ਦੀਆਂ ਪੰਜ ਖਬਰਾਂ ਦੇ ਨਾਲ, ਜਿਨ੍ਹਾਂ ਨੇ ਮਾਹੌਲ ਨੂੰ ਰੱਖਿਆ ਗਰਮਾ ਗਰਮ ਅਤੇ ਦਰਸ਼ਕਾਂ ਨੂੰ ਕੀਤਾ ਤਰੋ ਤਾਜ਼ਾ। ਅਸੀਂ ਤਾਂ ਸੱਚੀ ਕਦੇ ਵੀ ਕਿਸੇ ਮੁੰਡੇ ਨਾਲ ਕੁਛ ਨਹੀਂ ਕੀਤਾ, ਹੁਣ ਵੀ ਫੀਲ ਕਰ ਸਕਦੇ ਹਾਂ ਪਤਾ ਤੂੰ। ਸ਼ਿਵਿਕ ਨੂੰ ਕੋਈ ਸਾਨੂੰ ਕੁਝ ਨਹੀਂ ਹੁੰਦਾ, ਪੱਪੀ ਥੋੜੀ ਚੱਲਾਂ ਤਰਾ ਕੁਲੂ ਕੋਸ਼ ਮੈਂ ਲਾਲਚੀ ਔਰਤ ਵੇਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਫੇਰ ਹੋਈ ਜਾਨੀ ਹੈ। ਪੋਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਦਾਕਾਰ ਅਮੀ ਵਿਰਕ ਅਤੇ ਪੋਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਦੀ ਫਿਲਮ ਕਿਸਮਤ ਦਾ ਟ੍ਰੇਲਰ ਫਾਈਨਲੀ ਸਭ ਦੇ ਸਾਹਮਣੇ ਆ ਗਿਆ ਹੈ, ਜੋ ਕਿ YouTube ਤੇ ਦੂਜੇ ਨੰਬਰ ਤੇ ਟ੍ਰੈਂਡ ਕਰ ਰਿਹਾ ਹੈ। ਜੇਕਰ ਇਸ ਫਿਲਮ ਦੇ ਪੋਸਟਰ ਦੀ ਗੱਲ ਕਰੀਏ, ਇਹ ਪੋਸਟਰ ਸਾਨੂੰ ਯਾਦ ਦਿਲਾਉਂਦਾ ਹੈ ਫਿਲਮ ਪਦਮਾਵਤ ਦੇ ਇੱਕ ਸੀਨ ਦੀ, ਜਿਸ ਵਿੱਚ ਦੀਪਿਕਾ ਸ਼ਾਹੀ ਦੀ ਪਗੜੀ ਨੂੰ ਸੈੱਟ ਕਰਦੀ ਹੋਈ ਨਜ਼ਰ ਆਉਂਦੀ ਹੈ। ਵੈਲ, ਇਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਦਮਾਵਤ ਦੀ ਤਰ੍ਹਾਂ ਇਹ ਇੱਕ ਰੋਮਾਂਟਿਕ ਲਵ ਸਟੋਰੀ ਹੈ ਅਤੇ ਬਾਕੀ ਤੁਸੀਂ ਫਿਲਮ ਦੇ ਟ੍ਰੇਲਰ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਫਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਵੇਗੀ। ਪੋਲੀਵੁੱਡ ਦੇ ਚਿਹਰਿਆਂ ਦੀ ਗੱਲ ਹੋ ਰਹੀ ਹੈ ਤਾਂ ਗਿੱਪੀ ਗਰੇਵਾਲ ਨੂੰ ਪੰਜਾਬੀ ਇੰਡਸਟਰੀ ਦੀ ਸ਼ਾਨ ਮੰਨਿਆ ਜਾਂਦਾ ਹੈ। ਗਿੱਪੀ ਪੰਜਾਬੀ ਮਨੋਰੰਜਨ ਦੇ ਅਜਿਹੇ ਚਿਹਰੇ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਇੰਡਸਟਰੀ 'ਚ ਅਲੱਗ ਪਹਿਚਾਣ ਬਣਾ ਲਈ ਹੈ। ਜੀ, ਹੁਣ ਤੁਹਾਨੂੰ ਇੱਕ ਗੁੱਡ ਨਿਊਜ਼ ਦੇਣ ਜਾ ਰਹੇ ਹਾਂ। ਜੀ ਹਾਂ, ਪੋਲੀਵੁੱਡ ਫਿਲਮ ਅੰਗਰੇਜ਼ ਨਾਲ ਪੰਜਾਬੀ ਸਿਨੇਮਾ ਵਿੱਚ ਪ੍ਰਸਿੱਧੀ ਖੱਟਣ ਵਾਲੀ ਸਰਗੁਣ ਮਹਿਤਾ ਹੁਣ ਗਿੱਪੀ ਗਰੇਵਾਲ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ, ਜਿਸ ਦਾ ਨਾਮ ਹੈ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ। ਇਹ ਫਿਲਮ ਅਗਲੇ ਸਾਲ ਜੂਨ ਵਿੱਚ ਰਿਲੀਜ਼ ਹੋਵੇਗੀ। ਪੋਲੀਵੁੱਡ ਇੰਡਸਟਰੀ ਦੀ ਗੱਲ ਕਰੀਏ ਤਾਂ ਅੱਜ ਦੀ ਨਵੀਆਂ ਨਵੀਆਂ ਫਿਲਮਾਂ ਦੇ ਬਾਰੇ ਪਤਾ ਲੱਗ ਰਿਹਾ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜ਼ਿਆਦਾ ਸਭ ਦੇ ਐਕਟਿਵ ਰਹਿਣ ਨਾਲ ਸਭ ਦੇ ਪ੍ਰੋਜੈਕਟ ਬਾਰੇ ਵੀ ਪਤਾ ਚੱਲ ਜਾਂਦਾ ਹੈ। ਦੱਸਦੇ ਕਿ ਐਮੀ ਵਿਰਕ ਨੇ ਇੱਕ ਹੋਰ ਪੰਜਾਬੀ ਫਿਲਮ ਸਾਈਨ ਕਰ ਲਈ ਹੈ, ਜਿਸ ਦਾ ਨਾਮ ਹੈ ਮੁਕਲਾਵਾ। ਸਿਮਰਜੀਤ ਸਿੰਘ ਦੀ ਅਗਲੀ ਫਿਲਮ ਮੁਕਲਾਵਾ ਵਿੱਚ ਸਿਮਰਜੀਤ ਸਿੰਘ, ਐਮੀ ਵਿਰਕ ਤੇ ਸੋਨਮ ਬਾਜਵਾ ਦੀ ਟਿਕਟ ਇੱਕ ਵਾਰ ਫਿਰ ਧਮਾਲ ਮਚਾਉਣ ਲਈ ਤਿਆਰ ਹੈ। ਇਸ ਫਿਲਮ ਦੇ ਜ਼ਰੀਏ ਦਰਸ਼ਕ ਇੱਕ ਵਾਰ ਫਿਰ ਪਸੰਦੀਦਾ ਅਦਾਕਾਰ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਇਕੱਠੇ ਦੇਖ ਸਕਣਗੇ। ਪਹਿਲੇ ਜੋੜੀ ਨਿਕਾ ਜੈਲਦਾ 2 ਵਿੱਚ ਨਜ਼ਰ ਆਈ ਸੀ, ਹੁਣ ਪੂਰੀ ਉਮੀਦ ਹੈ ਕਿ ਇਸ ਫਿਲਮ ਨਾਲ ਵੀ ਉਹ ਦਰਸ਼ਕਾਂ ਦੇ ਦਿਲਾਂ ਨੂੰ ਜ਼ਰੂਰ ਟੁੰਬ ਕੇ ਜਾਣਗੇ। ਆਪਣੀ ਗਾਇਕੀ ਇੰਡਸਟਰੀ ਵਿੱਚ ਸਿੱਕਾ ਜਮਾਉਣ ਵਾਲੇ ਮੀਕਾ ਸਿੰਘ ਨੱਚ ਬੇਬੀ ਨਾਲ ਵਾਪਸੀ ਕਰ ਰਹੇ ਨੇ। ਜੀ ਹਾਂ, ਨੱਚ ਬੇਬੀ ਨਾਲ ਮੀਕਾ ਸਿੰਘ ਪੋਲੀਵੁੱਡ ਵਿੱਚ ਵੱਡਾ ਧਮਾਕਾ ਕਰਨ ਜਾ ਰਹੇ ਨੇ। ਇਸ ਦੀ ਜਾਣਕਾਰੀ ਮੀਕਾ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਜ਼ਰੀਏ ਆਪਣੇ ਫੈਨਸ ਨੂੰ ਦਿੱਤੀ ਹੈ। ਜੋ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਮੀਕਾ ਸਿੰਘ, ਬੀਬਾ ਸਿੰਘ, ਗੋਲਡੀ ਦੇ ਸੱਤਾ ਦਿਖਾਈ ਦੇ ਰਹੇ ਨੇ। ਪਰ ਇਸ ਨਾਲ ਜੇ ਮੀਕਾ ਦੀ ਗੱਲ ਕਰੀਏ ਤਾਂ ਉਹ ਪੋਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਕਾਫੀ ਹਿੱਟ ਨੇ ਤੇ ਉਹਨਾਂ ਦਾ ਹਰ ਗੀਤ ਹਿੱਟ ਜਾਂਦਾ ਹੈ, ਭਾਵੇਂ ਪੋਲੀਵੁੱਡ ਹੋਵੇ ਜਾਂ ਫਿਰ ਬਾਲੀਵੁੱਡ। ਪੰਜਾਬੀ ਸੂਫੀ ਗਾਇਕੀ ਨੂੰ ਨਵੇਂ ਮੁਕਾਮ ਤੇ ਪਹੁੰਚਾਉਣ ਵਾਲੇ ਸਿੰਦਰ ਸਰਤਾਜ ਦਾ ਜਨਮ ਦਿਨ ਹੈ। ਸਿੰਦਰ ਸਰਤਾਜ ਦਾ ਅਸਲੀ ਨਾਮ ਸਿੰਦਰਪਾਲ ਸਿੰਘ ਹੈ। ਉਹਨਾਂ ਦਾ ਜਨਮ 31 ਅਗਸਤ 1989 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਪਿੰਡ ਬਜੋਰਪੁਰ ਵਿਖੇ ਹੋਇਆ। ਉਹਨਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 2003 ਵਿੱਚ ਕੀਤੀ, ਪਰ ਆਪਣੇ ਗੀਤ ਤਾਈ ਨਾਲ ਸਭ ਦਾ ਦਿਲ ਜਿੱਤ ਲਿਆ। ਉਹਨਾਂ ਨੇ ਦਮਦਾਰ ਆਵਾਜ਼ ਨੂੰ ਸੁਖਿਆਨਾ ਅੰਦਾਜ਼ ਨਾਲ ਖਾਸ ਥਾਂ ਸਭ ਦੇ ਦਿਲਾਂ 'ਚ ਬਣਾ ਲਈ। ਇਸ ਤੋਂ ਇਲਾਵਾ ਉਹ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ। ਡੇਲੀ ਪੋਸਟ ਪੰਜਾਬੀ ਵੱਲੋਂ ਸੂਰਤ ਦੇ ਸਰਤਾਜ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ। ਪੋਲੀਵੁੱਡ ਪੰਜ ਦੀਆਂ ਪੰਜ ਖਬਰਾਂ 'ਚ ਅੱਜ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ।